ਸਿੰਗਰ ਸਿੱਧੂ ਮੂਸੇਵਾਲਾ ਜਿਉਂਦੇ ਜੀ ਤੱਕ ਕਈ ਵੱਡੇ ਰਿਕਾਰਡ ਆਪਣੇ ਨਾਮ ਕਰਦਾ ਹੀ ਸੀ ਪਰ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਰਿਕਾਰਡਾਂ ਦੀ ਛੜੀ ਲਾਈ ਹੋਈ ਹੈ 뮤జిక్ ਐਪ ਸਪੋਟੀਫਾਈ ਨੇ ਸਾਲ 2023 ਦਾ ਲੇਖਾ ਜੋਖਾ ਕੀਤਾ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਪੰਜਾਬੀ ਕਲਾਕਾਰਾਂ ਵਿੱਚੋਂ ਨੰਬਰ 1 ਤੇ ਰਿਹਾ ਹੈ ਜੇਕਰ ਗੱਲ ਕਰੀਏ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਸਟ੍ਰੀਮ ਆਰਟਿਸਟ ਦੀ ਤਾਂ ਪਹਿਲੇ 10 ਵਿੱਚੋਂ ਇਕੱਲਾ ਸਿੱਧੂ ਹੀ ਪੰਜਾਬੀ ਕਲਾਕਾਰਾਂ ਵਿੱਚੋਂ ਇਸ ਲਿਸਟ ਵਿੱਚ ਸ਼ਾਮਲ ਹੈ ਤੇ ਜੇਕਰ ਗੱਲ ਕਰੀਏ ਮੋਸਟ ਸਟ੍ਰੀਮ ਐਲਬਮ ਦੀ ਤਾਂ ਉਹ ਵੀ ਪੰਜਾਬੀ ਕਲਾਕਾਰਾਂ ਵਿੱਚੋਂ ਸਿੱਧੂ ਮੂਸੇਵਾਲਾ ਦਾ ਸ਼ੁਭਦੀ ਐਲਬਮ ਵੀ ਟੌਪ 10 ਵਿੱਚ ਹੈ ਸਿੱਧੂ ਦੀ ਮੂਸ ਟੇਪ ਨੰਬਰ 3 ਤੇ ਤੇ ਸ਼ੁਭਦੀ ਐਲਬਮ ਨੰਬਰ 4 ਤੇ ਰੈਂਕ ਕਰ ਰਹੀ ਹੈ ਮਤਲਬ ਕਿ ਦੋਸਤੋ ਚਾਹੇ ਸਿੱਧੂ ਮੂਸੇਵਾਲਾ ਦੇ ਗੀਤ ਘੱਟ ਵੀ ਆ ਰਹੇ ਹਨ ਪਰ ਅਜੇ ਵੀ ਸਿੱਧੂ ਮੂਸੇਵਾਲਾ ਹੋਰ ਕਿਸੇ ਪੰਜਾਬੀ ਆਰਟਿਸਟ ਨੂੰ ਆਪਣੇ ਨੇੜੇ ਤੇੜੇ ਵੀ ਨਹੀਂ ਆਉਣ ਦੇ ਰਿਹਾ ਹੁਣ ਗੱਲ ਕਰਦੇ ਹਾਂ ਬੱਪ ਬਲਕੌਰ ਸਿੰਘ ਦੀ ਜਿਨ੍ਹਾਂ ਨੇ ਅਦਾਲਤ ਵਿੱਚ ਹੋਈ 28 ਤਰੀਕ ਦੀ ਸੁਣਵਾਈ ਬਾਰੇ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਹੈ ਬਾਪੂ ਬਲਕੌਰ ਸਿੰਘ ਨੇ ਲਿਖਿਆ ਕਿ 8 ਮਹੀਨਿਆਂ ਤੋਂ ਪੰਜਾਬ ਸਰਕਾਰ ਗੈਂਗਸਟਰ ਲਾਰਸ ਬਿਸ਼ਨੋਈ ਦੀਆਂ ਜੇਲ੍ਹ ਪੁਲਿਸ ਹਰਾਸਤ ਵਿੱਚ ਹੋਈਆਂ ਇੰਟਰੋ ਦੀ ਜਾਂਚ ਤੇ ਚੁੱਪ ਹੈ ਐਸਆਈਟੀ ਬਣਾ ਕੇ ਅੱਖੀ ਘੱਟਾ ਪਾ ਦਿੱਤਾ ਗਿਆ ਦੂਜੀ ਵਾਰ ਮਾਨਯੋਗ ਹਾਈ ਕੋਰਟ ਦੇ ਪੁੱਛਣ ਬਾਅਦ ਅਜੇ ਵੀ ਸਰਕਾਰ ਨੇ ਹੋਰ ਸਮਾਂ ਮੰਗਿਆ ਹੈ ਅਦਾਲਤ ਵੱਲੋਂ ਲਗਾਏ ਗਿਆ ਐਮਕਰ ਸਕਿਅਰ ਨੇ ਵੀ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਐਫੀਡਵਟ ਵਿੱਚ ਦਿੱਤੀ ਜਾਣਕਾਰੀ ਤੋਂ ਥੋੜਾ ਅੱਗੇ ਵੱਧ ਸਰਕਾਰ ਇੰਟਰਵਿਊ ਦੇ ਸਮੇਂ ਅਤੇ ਜਗ੍ਹਾ ਆਸਾਨੀ ਨਾਲ ਪਤਾ ਕਰ ਸਕਦੀ ਹੈ ਪਰ ਕੀ ਕਾਰਨ ਹੈ ਕਿ ਇਸ ਜਾਂਚ ਵਿੱਚ ਸਰਕਾਰ ਦੇਰੀ ਕਰ ਰਹੀ ਹੈ ਇਸ ਦੇ ਨਾਲ ਹੀ ਬਾਪੂ ਬਲਕੌਰ ਸਿੰਘ ਨੇ ਲਿਖਿਆ ਕਿ ਸਰਕਾਰ ਸਿਰਫ ਲਾਪਰਵਾਹੀ ਨਹੀਂ ਦਿਖਾ ਰਹੀ ਬਲਕਿ ਸਿੱਧੇ ਤੌਰ ਤੇ ਗੈਂਗਸਟਰਾਂ ਦੀ ਮਦਦ ਕਰ ਰਹੀ ਹੈ ਇਸ ਸਭ ਦੇ ਚੱਲਦਿਆਂ ਅਸੀਂ ਹੌਣ ਹਰ ਪੁੱਤ ਸਿੱਧੂ ਦੇ ਮਾਪਿਆਂ ਦੇ ਤੌਰ ਤੇ ਖੁਦ ਨੂੰ ਬੇਵਸਮ ਮਹਿਸੂਸ ਕਰ ਰਹੇ ਹਾਂ ਇੰਜ ਲੱਗਦਾ ਹੈ ਜਿਵੇਂ ਤਾਕਤਵਰ ਸਿਆਸਤਦਾਨ ਅਤੇ ਗੈਂਗਸਟਰਾਂ ਦੇ ਗੱਠਜੋੜ ਦੀ ਕੋਈ ਵੀ ਕਾਨੂੰਨ ਜ਼ਿੰਮੇਵਾਰੀ ਤੈਅ ਨਹੀਂ ਕਰ ਸਕੇਗਾ रहमत खुदा दी मुस्لمانی روحانیت ਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ-ਪਤਨੀ ਚ ਝਗੜਾ ਸੌਤਨ ਦੁਸ਼ਮਨ ਤੋਂ छुटकारा ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੋਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਅਮਨਜੀ ਸਮਰਾਟ 9872801553